ਸਕੇਲ ਤੋਂ ਆਪਾਂ ਇਹ ਵਾਲੀ ਸੁਰ ਤੋਂ ਇਹ ਸ਼ਬਦ ਦੀਆਂ ਸੁਰਾਂ ਦੇਖਾਂਗੇ। ਬੱਚੇ ਵੀ ਇਸੇ ਸੁਰ ਤੋਂ ਗਾ ਸਕਦੇ ਨੇ, ਕੈਰਵਾ ਤਾਲ ਦੇ ਵੀ ਸ਼ਬਦ ਦੀ ਰੀਤ ਹੈ। ਅਤੇ ਆਪਾਂ ਥੋੜ੍ਹੀ ਜਿਹੀ ਲੈ ਘਟਾ ਕੇ ਦੇਖ ਰਹੇ ਹਾਂ। ਬੇਨਤੀ ਹੈ ਕਿ ਵੀਡੀਓਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਹੁਣ ਪਹਿਲਾਂ ਸਥਾਈ ਦੇਖਦੇ ਹਾਂ, ਫਿਰ ਅੰਤਰੇ ਦੇਖਾਂਗੇ। ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਇਸ ਤਰ੍ਹਾਂ, ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ, ਰੋਸ ਕਿਸੈ ਸਿਉਂ ਕੀਜੈ। ਇਸ ਤਰ੍ਹਾਂ ਆਪਾਂ ਸਥਾਈ ਗਾਉਣੀ ਹੈ। ਹੁਣ ਅੰਤਰੇ ਦੇਖਦੇ ਹਾਂ। ਨਾਂਗੇ ਆਵਣਾ ਨਾਂਗੇ ਜਾਣਾ, ਨਾਂਗੇ ਆਵਣਾ ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਹਰ ਹੁਕਮ ਪਾਇਆ ਕਿਆ ਕੀਜੈ, ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਹਰ ਹੁਕਮ ਪਾਇਆ ਕਿਆ ਕੀਜੈ, ਹਰ ਹੁਕਮ ਪਾਇਆ ਕਿਆ ਕੀਜੈ। ਫਿਰ ਉਸੇ ਤਰ੍ਹਾਂ ਆਪਾਂ ਸਥਾਈ ਗਾਉਣੀ ਹੈ। ਹੁਣ ਅਗਲਾ ਅੰਤਰਾ ਦੇਖਦੇ ਹਾਂ। ਗੁਰਮੁਖ ਹੋਵੇ ਸੁਪਾਣਾ ਮੰਨੇ, ਗੁਰਮੁਖ ਹੋਵੇ ਸੁਪਾਣਾ ਮੰਨੇ, ਸਹਿਜੇ ਹਰ ਰਸ ਪੀਜੈ, ਸਹਿਜੇ ਹਰ ਰਸ ਪੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉਂ ਕੀਜੈ,
ਲਾਸਟ ਵਾਲਾ ਅੰਤਰਾ ਦੇਖਦੇ ਹਾਂ। ਨਾਨਕ ਸੁਖਦਾਤਾ ਸਦਾ ਸਲਾਹੇ ਹੋ, ਨਾਨਕ ਸੁਖਦਾਤਾ ਸਦਾ ਸਲਾਹੇ ਹੋ, ਰਸਨਾ ਰਾਮ ਰਵੀਚੈ, ਰਸਨਾ ਰਾਮ ਰਵੀਚੈ। ਫਿਰ ਉਸੇ ਤਰ੍ਹਾਂ ਆਪਾਂ ਪੂਰੀ ਸਥਾਈ ਗਾਉਣੀ ਹੈ, ਇਸ ਤਰ੍ਹਾਂ ਪੂਰਾ ਸ਼ਬਦ ਗਾਉਣਾ ਹੈ।